ਵਾਪਸ ਲੋ ਵਾਪਸ ਲੋ ਵਾਪਸ ਲੋ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਸ਼ਰਸ਼ਮੰਡੀ ਪੰਜਾਬ ਜਿੰਦਾਬਾਦ 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 ਕਿਸਾਨ ਮਜ਼ਦੂਰ ਸ਼ਰਸ਼ਮੰਡੀ ਪੰਜਾਬ ਜਿੰਦਾਬਾਦ 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 ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਗੁਰਵਿੰਦਰ ਸਿੰਘ ਗੁਰਾਇਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਿਸਾਨੀ ਅੰਦੋਲਨ ਦੀਆਂ ਗੂੰਜਾਂ ਪਿਛਲੇ ਕਰੀਬ 5-6 ਮਹੀਨੇ ਤੋਂ ਵਿਛ ਪੱਦਰ ਤੇ ਗੂੰਜ ਰਹੀਆਂ ਹਨ ਸ਼ਾਇਦ ਅਸੀਂ ਗੱਲ ਕਰਾਂਗੇ ਕਿਸਾਨੀ ਅੰਦੋਲਨ ਦੀ ਕਿ ਮੋਦੀ ਸਰਕਾਰ ਨੂੰ ਕਿਸੇ ਗੱਲ ਦਾ ਭੁਲੇਖਾ ਸੀ ਕਿ ਜਿਉਂ-ਜਿਉਂ ਕਿਸਾਨੀ ਅੰਦੋਲਨ ਲੰਬਾ ਹੁੰਦਾ ਜਾਏਗਾ ਇਹਨੂੰ ਲਟਕਾਉਂਦੇ ਜਾਵਾਂਗੇ ਇਹਨੂੰ ਤਾਰਪੀਡੋ ਕਰਨ ਦੇ ਜਿਹੜੇ ਹੱਥ ਕੰਡੇ ਵਰਤਾਂਗੇ ਤੇ ਇਹ ਮੱਦਮ ਪੈ ਜਾਏਗਾ ਜਾਂ ਇਹ ਹੌਲੀ-ਹੌਲੀ ਥੰਮ ਜਾਵੇਗਾ ਪਰ ਨਹੀਂ ਇਸ ਇਸ ਤੋਂ ਉਲਟ ਹੀ ਜੋ ਹੈ ਮਸਾਲਾ ਨਜ਼ਰ ਆ ਰਹੀਆਂ ਨੇ ਜਿਵੇਂ ਤਸਵੀਰਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਸ ਵੇਲੇ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਨਗਰ ਅਧੀਨ ਪੈਂਦੇ ਪਿੰਡ ਚੰਦਰਪਾਣ ਦੇ ਵਿੱਚ ਖੜੇ ਹਾਂ ਤੇ ਮਾਝੇ ਖੇਤਰ ਦੇ ਵਿੱਚ ਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਾਦੀਆਂ ਵਿਖੇ ਕੱਲ 7 ਤਰੀਕ ਦੀ ਰੈਲੀ ਰੱਖੀ ਗਈ ਹੈ ਜੋ ਕਿਸਾਨ ਮਹਾਂ ਰੈਲੀ ਉੱਥੇ ਹੋਣ ਜਾ ਰਹੀ ਹੈ ਉਸ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਜੋ ਮੀਟਿੰਗਾਂ ਦਾ سلسلہ ਲਗਾਤਾਰ ਦਰਜਨਾ ਪਿੰਡਾਂ ਦੇ ਵਿੱਚ ਜਿੱਥੇ ਵਿਧਾਨ ਸਭਾ ਹਲਕਾ ਦਿਨਨਗਰ ਚ سلسلہ جاری ਹੈ ਉੱਥੇ ਹੀ ਸਮੁੱਚੇ ਹਲਕਿਆਂ ਦੇ ਵਿੱਚ ਜੋ ਇਹਨਾਂ ਵੱਲੋਂ ਜੋ ਗਤੀਵਿਧੀਆਂ ਜਿਹੜੀਆਂ ਨੇ ਮੀਟਿੰਗਾਂ ਦੀਆਂ ਨਜ਼ਰ ਆ ਰਹੀਆਂ ਨੇ ਤੇ ਸਾਡੇ ਨਾਲ ਇਸ ਜਥੇਬੰਦੀ ਦੇ ਆਗੂ ਗੁਰਪ੍ਰਤਾਪ ਜੀ ਮੌਜੂਦ ਨੇ ਉਹਨਾਂ ਤੋਂ ਪ੍ਰੋਗਰਾਮ ਲੈਣੇ ਆ ਕਿ ਕੱਲ ਦਾ ਪ੍ਰੋਗਰਾਮ ਹੈ ਜੋ ਇਹਦੀ ਰੂਪਰੇਖਾ ਕਿਸ ਤਰ੍ਹਾਂ ਦੀ ਹੋਵੇਗੀ ਹਾਂਜੀ ਮੈਂ ਗੁਰਪ੍ਰਤਾਪ ਸਿੰਘ ਜੋਨ ਪ੍ਰਧਾਨ ਸ਼ਹੀਦ ਬੀਬੀ ਸੁੰਦਰੀ ਪਰਾਣਾ ਸ਼ਾਲਾ ਜੀ ਜੀ ਖਾਂ ਕਿਸਾਨ ਮਜ਼ਦੂਰ ਸ਼ਿਕਰਸ਼ ਕਮੇਟੀ ਪੰਜਾਬ ਜੀ ਜੀ ਉਹਨਾਂ ਵੱਲੋਂ ਜਿਹੜੀ 7 ਅਪ੍ਰੈਲ ਨੂੰ ਜੀ ਜੀ ਕਾਦੀਆਂ ਦਾਣਾ ਮੰਡੀ ਵਿਖੇ ਕਿਸਾਨ ਮਹਾਪੰਚਾਇਤ ਜਿਹੜੀ ਰੈਲੀ ਹੈ ਉਹ ਰੱਖੀ ਗਈ ਹੈ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਪਿੰਡ ਚੰਦਰਪਾਣ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਇਸ ਪ੍ਰਤੀ ਲਾਮਬੰਦ ਕਰ ਰਹੇ ਆ ਠੀਕ ਹੈ ਇਹਦੇ ਨਾਲ ਨਾਲ ਜਿਹੜੇ ਸਰਕਾਰ ਵੱਲੋਂ ਜਿਹੜਾ ਕਹਿੰਦੇ ਐਫਸੀਆਈ ਨੂੰ ਜਿਹੜਾ ਐਫਸੀਆਈ ਦੇ ਰਾਹੀਂ ਜਿਹੜੀ ਕਿਸਾਨਾਂ ਦੀ ਜਮ੍ਹਾਂਬੰਦੀਆਂ ਦੇ ਆਧਾਰਤ ਜਿਹੜੀ ਖਰੀਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਜਥੇਵਦੀ ਨੇ ਕਿਹਾ ਵੀ ਕਿਸੇ ਵੀ ਕਿਸਾਨ ਨੇ ਜਿਹੜੀ ਆਪਣੀ ਜਮ੍ਹਾਂਬੰਦੀ ਉਹ ਕਿਸੇ ਵੀ ਇਨਸਪੈਕਟਰ ਨੂੰ ਜਾਂ ਕਿਸੇ ਵੀ ਆੜਤੀ ਨੂੰ ਨਹੀਂ ਦੇਣੀ ਜਿਸ ਤਰ੍ਹਾਂ ਪਹਿਲਾਂ ਐਫਸੀਆਈ ਸਾਡੀ ਜਿਹੜੀ ਕਣਕ ਦੀ ਖਰੀਦ ਕਰ ਰਹੀ ਸੀ ਜਿਹੜੀ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਉਸੇ ਆਧਾਰ ਤੇ ਤੁਹਾਡੀ ਜਿਹੜੀ ਆ ਉਹ ਕਣਕ ਦੀ ਖਰੀਦ ਕਰਾਉਣਗੀਆਂ ਜੀ ਠੀਕ ਹੈ ਜੀ ਸਾਡੇ ਨਾਲ ਇਸ ਵੇਲੇ ਖਾਸ ਕਰਕੇ ਉਚੇਚੇ ਤੌਰ ਤੇ ਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਕਹ ਲੋ ਕਿ ਅਗਵਾਈ ਕਬੂਲ ਕਰ ਚੁੱਕੇ ਨੇ ਕਮਲਜੀਤ ਚਾਵਲਾ ਜੀ ਭਾਜਪਾ ਗੂ ਜੋ ਸਾਡੇ ਦਿਨਨਗਰ ਤੋਂ ਲੀਡ ਕਰਦੇ ਨੇ ਦੱਸ ਦੇਣਾ ਚਾਹੁੰਦੇ ਆ ਕਿ ਪਿਛਲੇ 2 ਦਹਾਕਿਆਂ ਤੋਂ ਉਹ ਐਮਐਲਏ ਦੀ ਭਾਗ ਵਿਧਾਇਕ ਦੀ ਟਿਕਟ ਦੇ ਦਾਵੇਦਾਰ ਵੀ ਨੇ ਜਿੱਥੇ ਉਹ ਵਿਧਾਇਕ ਦੀ ਟਿਕਟ ਦੇ ਦਾਵੇਦਾਰ ਨੇ ਉਥੇ ਇਸ ਵਕਤੋਂ ਮੌਜੂਦਾ ਭਾਜਪਾ ਵੱਲੋਂ ਜ਼ਿਲ੍ਹੇ ਦੇ ਜਰਨਲ ਸਕੱਤਰ ਵੀ ਨੇ ਤੇ ਸੂਬੇ ਦੇ ਐਸੀ ਮੋਰਚੇ ਦੇ ਭਾਜਪਾ ਦੇ ਉਪ ਪ੍ਰਧਾਨਵੀ ਰਹਿ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਬੀਤੇ ਦਿਨਾਂ ਤੋਂ ਜਿੱਥੇ ਕਿਸਾਨ ਸੰਯੁਕਤ ਮੋਰਚੇ ਦਾ ਸਮਰਥਨ ਦੇਣ ਦੀਆਂ ਖਬਰਾਂ ਤੁਹਾਡੀਆਂ ਵਾਇਰਲ ਹੋ ਰਹੀਆਂ ਨੇ ਉਹ ਜੀ ਸੋਸ਼ਲ ਮੀਡੀਆ ਦੇ ਉੱਤੇ ਕੁਝ ਅਜਿਹੇ ਕਮੈਂਟ ਕਹਿ ਸਕਦੇ ਆਂ ਵੀ ਆ ਰਹੇ ਨੇ ਕਿ ਤੁਸੀਂ ਭਾਜਪਾ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਤੇ ਦੂਸਰੇ ਪਾਸੇ ਜਿਵੇਂ ਤੁਸੀਂ ਮੰਡੀਕਰਨ ਨੂੰ ਲੈ ਕੇ ਇਹ ਫੈਸਲਾ ਲਿਆ ਜੋ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਨੇ ਖਬਰਾਂ ਇਸ ਸਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਭਾਜਪਾ ਨੂੰ ਅਲਵਿਦਾ ਵਾਕਿਆ ਹੀ ਕਹਿ ਚੁੱਕੇ ਹੋ ਜਾਂ ਭਾਜਪਾ 'ਚ ਰਹਿ ਕੇ ਹੀ ਜੋ ਇੱਕ ਜੋ ਕਿਸਾਨੀ ਅੰਦੋਲਨ ਦਾ ਸਮਰਥਨ ਕਰੋਗੇ ਦੇਖੋ ਪਹਿਲਾਂ ਤੇ ਮੈਂ ਤੁਹਾਨੂੰ ਗੁਰਾਂ ਸਿੰਘ ਆਫ ਦੱਸਣਾ ਚਾਹੁੰਨਾ ਜੀ ਜੀ ਕਿ ਮੈਂ ਅਸਤੀਫਾ ਨਹੀਂ ਦਿੱਤਾ ਠੀਕ ਹੈ ਜੀ ਅੱਜ ਵੀ ਮੈਂ ਪਾਰਟੀ ਵਿੱਚ ਬਤੌਰ ਜਲਾਦ ਜਨਰਲ ਸੈਕਟਰੀ ਕੰਮ ਕਰ ਰਿਹਾ ਹਾਂ ਠੀਕ ਹੈ ਜੀ ਪਰ ਪਾਰਟੀ ਚ ਰਹਿੰਦੇ ਹੋਏ ਹਾਂ ਜੀ ਜੀ ਜੋ ਪਿਊਸ਼ ਗੋਲ ਜੀ ਸਾਡੇ ਕੇਂਦਰ ਦੇ ਮੰਤਰੀ ਨੇ ਜੀ ਜੀ ਉਹਨਾਂ ਚਿੱਠੀ ਜਾਰੀ ਕੀਤੀ ਪੰਜਾਬ ਸਰਕਾਰ ਨੂੰ ਕਿ ਖਰੀ ਨੀਤੀ ਜਿਹੜੀ ਆ ਉਹਦਾ ਸਿੱਧਾ ਭੁਗਤਾਨ ਜ਼ਿੰਮੇਦਾਰ ਨੂੰ ਕੀਤਾ ਜਾਏਗਾ ਠੀਕ ਹੈ ਨਾਲ ਉਹਦੇ ਉਹਦੀ ਜਮ੍ਹਾਂਬੰਦੀ ਔਰ ਖਰੀਦਣ ਦਾ ਜਿਹੜਾ ਮਾਪਦੰਡ ਹੈ ਉਹਦੀ ਨਵੀਂ ਹੈ ਡੈਮੇਜ ਡਿਸਕਲਰ ਉਹਨਾਂ ਨੇ ਸਖਤ ਕੀਤੇ ਠੀਕ ਹੈ ਜੀ ਅਗਰ ਇਹ ਨੀਤੀ ਲਾਗੂ ਹੁੰਦੀ ਹੈ ਖਰੀਦੀ ਇਸ ਸਾਲ ਠੀਕ ਹੈ ਜੀ ਇਹਦੇ ਨਾਲ ਕਾਰੋਬਾਰ ਬਿਲਕੁਲ ਪ੍ਰਭਾਵਿਤ ਹੋਏਗਾ ਔਰ ਜ਼ਿੰਮੇਦਾਰ ਦੀ ਫਸਲ ਵਿਕਣੀ ਨਾ ਮੁਮਕਨ ਹੋ ਜਾਏਗੀ ਠੀਕ ਹੈ ਜੀ ਪਹਿਲਾਂ ਜੇ ਉਹਦੇ ਮਾਪਦੰਡ ਅਨੁਸਾਰ 10 ਟਿਰੀਆਂ ਆਈਆਂ ਤੇ ਉਹ ਦੋ ਖਰੀਦ ਚ ਪੈਣ ਅਠਪੈਣੀ ਨੂੰ ਬਿਲਕੁਲ ਜੀ ਦੂਸਰਾ ਖਰੀਦੇ ਪੈ ਗਈ ਲਿਓ ਜੀ ਜਮ੍ਹਾਂਬੰਦੀ ਠੀਕ ਹੈ ਹੁਣ ਕੋਈ 40% ਲੋਕ ਐਸੇ ਨੇ ਜਿਨ੍ਹਾਂ ਦੇ ਨਾਂ ਤੇ ਜ਼ਮੀਨ ਹੀ ਨਹੀਂ ਠੇਕੇ ਦੀ ਜ਼ਮੀਨ ਕਰਦੇ ਆ ਠੀਕ ਹੈ ਜੀ ਕੁਝ ਐਸੇ ਜ਼ਮੀਦਾਰ ਵੀ ਆ ਗਿਆ ਜਿਨ੍ਹਾਂ ਦੇ ਬਾਬੇ ਦੇ ਨਾਂ ਪਹਿਲੇ ਚੱਲੀ ਆ ਰਹੀ ਆ ਅਕਿਲ ਉਹਨਾਂ ਦੀ ਪਹਿਲੀ ਨਾਂ ਛੜੀ ਨਹੀਂ ਠੀਕ ਹੈ ਜੀ ਨਤੀਜੇ ਦੇ ਤੌਰ ਤੇ ਖਰੀਦ ਨਹੀਂ ਪੈਣੀ ਠੀਕ ਹੈ ਤੇ ਜੇ ਕਿਸੇ ਦੀ ਖਰੀਦ ਪੈ ਗਈ ਤੇ ਫਿਰ ਜਾ ਕੇ ਭਗਤਾਨ ਹੋਣਾ ਤੇ ਉਹ ਇੱਕ ਆੜਤੀ ਦਾ ਤੇ ਜਿਹੜਾ ਕਿਸਾਨ ਦਾ ਇੱਕ ਨਾਤਾ ਹਾਂਜੀ ਉਹ ਚ ਬੜੀ ਬੜੀ ਤਰ੍ਹਾਂ ਹੋਣੀ ਠੀਕ ਹੈ ਜੀ ਅੱਗੇ ਤੇ ਜਾਣਾ ਲਾਓ ਜੀ ਪੱਕਾ ਅਸੀਂ ਚੱਲਿਆਂ ਘਰ ਨੂੰ ਹੁਣ ਘਰ ਕਿੱਥੇ ਜਾਣਾ ਚਾਹਵਲੋ ਜੀ ਇੱਥੇ ਇੱਕ ਅਹਿਮ ਸਵਾਲ ਖੜਾ ਹੁੰਦਾ ਤੁਹਾਡਾ ਸਮਰਥਨ ਦੇਣ ਦਾ ਅਚਾਨਕ ਬੀਤੇ ਦੋ ਦਿਨਾਂ ਤੋਂ ਕਿ ਜਿਵੇਂ ਬੀਤੇ ਲੰਬੇ ਸਮੇਂ ਤੋਂ ਜਦੋਂ ਦਾ ਕਿਸਾਨਾਂ ਦਾ ਵਿਰੋਧ ਚੱਲਦਾ ਆ ਰਿਹਾ ਤੁਹਾਡੇ ਸਮੀਤ ਤੁਹਾਡੇ ਅਰਗੇ ਜਿਹੜੇ ਮੁੱਖ ਚਿਹਰੇ ਨੇ ਜਿਹੜੇ ਸਰਗਰਮ ਨੇ ਭਾਜਪਾ ਦੇ ਵਿੱਚ ਉਹ ਪਹਿਲਾਂ ਤਾਂ ਲੋਕਾਂ ਨੂੰ ਸਮਝਾਉਣ ਦੇ ਵਿੱਚ ਜਮਸਰੂਪ ਸਨ ਕਿ ਇਹ ਬਿੱਲ ਸਹੀ ਨੇ ਜੋ ਮੋਦੀ ਵੱਲੋਂ ਬਿੱਲ ਥਾਪੇ ਗਏ ਨੇ ਉਹ ਸਹੀ ਨੇ ਕੀ ਕਿਤਨਾ ਕਿਤੇ ਤੁਹਾਨੂੰ ਹੁਣ ਇਹ ਨਹੀਂ ਲੱਗਦਾ ਕਿ ਤੁਹਾਡੀ ਆਪਣੀ ਰੋਜੀ ਰੋਟੀ ਦੇ ਉੱਤੇ ਸੱਟ ਵੱਜਦੀ ਨਜ਼ਰ ਆ ਰਹੀ ਹੈ ਤੇ ਇਹ ਜੋ ਮੋਦੀ ਵੱਲੋਂ ਤਿੱਲੀ ਸੁੱਟੀ ਗਈ ਆ ਅੱਗ ਲਾਈ ਗਈ ਆ ਕਿਸਾਨੀ ਦੇ ਉੱਪਰ ਕਿਸਾਨੀ ਦੀ ਰੋਜੀ ਰੋਟੀ ਤੇ ਤੇ ਉਹ ਅੱਗ ਦੇ ਭਾਂਬੜ ਜਿਹੜੇ ਤੁਹਾਡੇ ਘਰਾਂ ਤੋਂ ਦੇ ਬਰੂਹਾਂ ਤੱਕ ਪਹੁੰਚ ਗਏ ਨੇ ਤੇ ਹੁਣ ਇਹ ਤੁਸੀਂ ਫੈਸਲਾ ਲੈਣ ਨੂੰ ਮਜਬੂਰ ਹੋਏ ਨਹੀਂ ਨਹੀਂ ਮੈਂ ਬੜਾ ਵਧੀਆ ਸਵਾਲ ਕੀਤਾ ਤੁਸੀਂ ਹਾਂਜੀ ਹਾਂਜੀ ਇਹ ਅੰਦੋਲਨ 26 ਸਤੰਬਰ ਤੋਂ ਚੱਲ ਰਿਹਾ ਜੀ ਜੀ ਮਹੀਨੇ 6 ਹੋ ਗਏ ਲਗਭਗ ਠੀਕ ਹੈ ਜੀ। ਔਰ ਪਾਰਟੀ ਦੇ ਅੰਦਰ ਅਸੀਂ ਆਪਣੇ ਜਲਾ ਲੈਵਲ ਤੇ ਪੰਜਾਬ ਲੈਵਲ ਤੇ ਹਾਂਜੀ ਇਹ ਵਿਸ਼ਾ ਰੱਖ ਰਹੇ ਸਾਂ। ਹਾਂਜੀ ਔਰ ਇਸ ਵਿਸ਼ੇ ਦੇ ਵਿੱਚ 11 ਮੀਟਿੰਗਾਂ ਵੀ ਹੋ ਚੁੱਕੀਆਂ। ਠੀਕ ਹੈ ਜੀ। ਸਮਝੋਤਾ ਹੁੰਦਾ ਹੁੰਦਾ ਰੁਕਦਾ ਵੀ ਰਿਹਾ। ਹਾਂਜੀ ਹਾਂਜੀ। ਕੁਝ ਐਸੇ ਲੋਕ ਵੀ ਆ ਗਏ ਜਿਹੜਾ ਸਮਝੋਤਾ ਹੁਣ ਦੇਣਾ ਵੀ ਨਹੀਂ ਚਾਹੁੰਦੇ। ਠੀਕ ਹੈ। ਪਰ ਹੁਣ ਸਾਨੂੰ ਆਸੀਕ 2 ਮਈ ਨੂੰ ਠੀਕ ਹੈ। ਇਲੈਕਸ਼ਨ ਜਿਹੜਾ ਬੰਗਾਲ ਦਾ ਹੋ ਰਿਹਾ ਹੈ। ਠੀਕ ਹੈ। ਔਰ ਤੋਂ ਬਾਅਦ ਉਹ ਇੰਡੀਕੇਟਰ ਪਾਰਟੀ ਚੋਂ ਮਿਲ ਰਹੀ ਸੀ। ਠੀਕ ਹੈ। ਤੇ ਉਹ ਸੰਭਵ ਵਿੱਚ ਕੀ ਸਮਝੋਤਾ ਹੋ ਜਾਏਗਾ। ਠੀਕ ਹੈ ਜੀ। ਪਰ ਸਮਝੌਤਾ ਹੋਣ ਤੋਂ ਪਹਿਲਾਂ ਇਹ ਜਿਹੜੀ ਖਰੀਦ ਨੀਤੀ ਆਈ ਆ ਹਾਂਜੀ ਹਾਂਜੀ ਇਹਦੇ ਨਾਲ ਅੰਦੋਲਨ ਬਹੁਤ ਵੱਡਾ ਵਧੇਗਾ ਠੀਕ ਠੀਕ ਕਿਉਂਕਿ ਇੱਕ ਲੋਕਾਂ ਰੱਖਣੀ ਸੀ ਅਸੀਂ ਤੇ ਜਦੋਂ ਖਰੀਦ ਨਿਰਵਿਘਨ ਹੁੰਦੀ ਤੇ ਅਸੀਂ ਲੋਕ ਵੀ ਕਹਿ ਸਕਦੇ ਸੀ ਹਾਂਜੀ ਤੁਹਾਡਾ ਮਸਲਾ 2 ਮਈ ਤੋਂ ਬਾਅਦ ਹੱਲ ਹੋ ਜਾਏਗਾ ਤੋਂ ਇਹ ਤੇ ਮਸਲਾ ਹੱਲ ਹੋਣ ਦੀ ਬਜਾਏ ਹੋਰ ਉਲਝ ਜਾਏਗਾ ਇਸ ਕਰਕੇ ਅਸੀਂ ਇਹ ਪਾਰਟੀ ਨੂੰ ਆਪਣੇ ਤੌਰ ਤੇ ਵੀ ਕਿਹਾ ਤੋਂ ਕਹਿ ਲਗੇ ਨਹੀਂ ਜੀ 2 ਮਈ ਤੋਂ ਬਾਅਦ ਹੀ ਹੋਊਗਾ ਮੈਂ ਕਹੀ ਖਰੀਦ ਤੇ ਫਿਰ ਮੁੱਕ ਜਾਊਗੀ ਠੀਕ ਹੈ ਜੀ ਤੇ ਇਹ ਤੇ ਅੰਦੋਲਨ ਤੁਹਾਡੇ ਘਰਾਂ ਦਾ ਕਰ ਜਾਏਗਾ ਠੀਕ ਹੈ ਜੀ ਤੇ ਇਸ ਕਰਕੇ ਅਸੀਂ ਆਪਣੀ ਨਿੱਜੀ ਰਾਇ ਜਾਂ ਸਾਡੀ ਜ਼ਮੀਰ ਦੀ ਆਵਾਜ਼ ਕੋ ਅਸੀਂ ਲੋਕ ਆਪਣੀ ਬਕੀਆਂ ਨੂੰ ਸਾਸੀ ਨੂੰ ਵੀ ਕਵਾਂਗੇ ਪੇ ਇਸ ਬੁਰਜ ਆਵਾਜ਼ ਲਾਂਬੰਦ ਕਰੋ ਜੀ ਜ਼ਮੀਰ ਦੀ ਆਵਾਜ਼ ਦੀ ਗੱਲ ਕੀਤੀ ਹੈ ਤੇ ਜੋ ਕਿਸਾਨੀ ਅੰਦੋਲਨ ਦੇ ਜੋ ਜੰਗ ਛਿੜੀ ਹੋਈ ਹੈ ਬਿੱਲਾਂ ਨੂੰ ਲੈ ਕੇ ਕੀ ਇਹਨਾਂ ਦੀ ਜੰਗ ਨੂੰ ਇਸ ਲੜਾਈ ਨੂੰ ਤੁਸੀਂ ਜੈ ਸਮਝਦੇ ਹੋ ਕਿ ਜਿਹੜੇ ਤਿੰਨ ਖੇਤੀ ਕਾਲੇ ਕਾਨੂੰਨ ਮੋਦੀ ਵੱਲੋਂ ਥੋਪੇ ਗਏ ਨੇ ਤੇ ਉਸੇ ਹੀ ਬਿੱਲਾਂ ਦਾ ਹੀ ਹਿੱਸਾ ਜੋ ਮੰਡੀ ਦੀ ਪ੍ਰਕਿਰਿਆ ਨੂੰ ਲੈ ਕੇ ਨਵੇਂ ਮਾਪਦੰਡ ਜੋ ਹੈ ਉਹ ਸਖਤ ਕਰ ਦਿੱਤੇ ਗਏ ਨੇ ਇਹ ਕੀ ਉਹ ਤਿੰਨਾਂ ਬਿੱਲਾਂ ਦਾ ਹਿੱਸਾ ਨਹੀਂ ਸਮਝਦੇ ਤੁਸੀਂ ਨਹੀਂ ਨਹੀਂ ਦੇਖੋ ਜਦੋਂ ਤਿੰਨ ਬਿੱਲ ਮੁੱਕ ਜਾਨੇ ਸੀ ਹਾਂਜੀ ਇਹ ਵੀ ਕੀ ਮੁੱਕ ਜਾਣੀ ਸੀ ਹਾਂਜੀ ਹਾਂਜੀ ਇਹ ਆਸ ਸੀ ਸਾਨੂੰ ਠੀਕ ਹੈ ਪਰ ਜੋ ਬਿੱਲ ਵਾਲੀ ਗੱਲ ਤੇ ਅਜੇ ਵੀ ਰਸਤੇ 'ਚ ਹੈ ਠੀਕ ਹੈ ਤੇ ਚੌਥਾ ਵੇਲੇ ਇਹਨੂੰ ਮੰਨ ਕੇ ਚੱਲੋ ਇਹ ਆ ਗਿਆ ਤੇ ਫਿਰ ਇਹ ਆਸ ਸਾਨੂੰ ਘਟ ਲੱਗੀ ਠੀਕ ਹੈ ਜੀ ਠੀਕ ਦਾਦੀ ਇਹੀ ਅਜੀ ਬੋਲੇ ਇਸ ਤੋਂ ਇਲਾਵਾ ਜਿਵੇਂ ਮਲੂਟ ਦੀ ਚਾਵਲਾ ਜੀ ਘਟਨਾ ਵਾਪਰੀ ਹੈ ਤੇ ਹਰਿਆਣੇ ਦੇ ਜੇ ਮੁੱਖ ਮੰਤਰੀ ਨੇ ਖੱਟੜ ਜੀ ਉਹਨਾਂ ਦੇ ਉੱਤੇ ਸ਼ਹੀ ਸੁੱਟਣ ਦਾ ਮਾਮਲਾ ਜਾਂ ਭਾਜਪਾ ਆਗੂਆਂ ਦਾ ਹੋਰ ਵਿਰੋਧ ਸਾਹਮਣੇ ਆਉਣਾ ਅਸ਼ੁਨੀ ਸ਼ਰਮਾ ਦਾ ਸੂਬਾ ਪ੍ਰਧਾਨ ਦਾ ਉਹਨਾਂ ਦੀ ਗੱਡੀ ਦੀ ਭੰਗ ਤੋੜ ਹੋਣੀ ਕੀ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਤੇ ਨਾ ਕਿਤੇ ਮਾਝੇ ਖੇਤਰ ਦੇ ਜਾਂ ਸਮੁੱਚੇ ਪੰਜਾਬ ਦੇ ਜੋ ਭਾਜਪਾ ਆਗੂ ਨੇ ਸਰਗਮ ਜਾਂ ਸਮਰਥਕ ਨੇ ਉਹਨਾਂ ਦਾ ਅਸੀਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਮਨੋਬਲ ਵੀ ਡਿੱਗਦਾ ਨਜ਼ਰ ਆ ਰਿਹਾ ਭਵਿਕ ਨੂੰ ਦੇਖਦਿਆਂ ਹੋਇਆ ਤੇ ਇਸ ਨੂੰ ਲੈ ਕੇ ਵੀ ਜਿਹੜੇ ਯੂ ਟਰਨ ਸ਼ਾਇਦ ਭਾਜਪਾਗੂਆਂ ਲੋ ਲਿਆ ਜਾ ਰਿਹਾ ਇੰਨਾ ਤਾਂ ਕੋਈ ਡਰਤ ਨਹੀਂ ਹੈਗਾ ਤਾਂ ਹਾਂ ਜੀ ਦੇਖੋ ਅਸੀਂ ਆਪਣੇ ਸਮਾਜ ਵਿੱਚ ਰਹਿ ਰਹੇ ਹਾਂ ਸਾਰੇ ਲੋਕਾਂ ਨਾਲ ਸਾਡੇ ਅچھے ਰਿਲੇਸ਼ਨ ਹੈ ਹਾਂ ਜੀ ਹਾਂ ਜੀ ਐਸੀ ਕੋਈ ਘਟਨਾ ਨਹੀਂ ਸਾਡੇ ਗੁਰਦਾਸਪੁਰ ਚ ਵਾਪਰੀ ਹਾਂ ਜੀ ਹਾਂ ਜੀ ਬਾਕੀ ਮੈਂ ਆਪਣੀ ਵੀ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਅੰਦੋਲਨ ਸਾਡਾ ਰਾਈਟ ਹੈ ਡੈਮੋਕ੍ਰੇਸੀ ਚ ਆਪਣਾ ਹੱਕ ਰੱਖਣਾ ਹਾਂ ਜੀ ਪਰ ਕਿਸੇ ਨਾਲ ਮਾਲ ਤਾੜ ਕਰਨ ਨਾਲ ਮਸਲਾ ਉਲਝਦਾ ਵਾ ਸੁਲਝਦਾ ਨਹੀਂ ਠੀਕ ਹੈ ਇਸ ਕਰਕੇ ਮੈਨੂੰ ਅਜੇ ਵੀ ਮਸਲੇ ਦੀ ਆਸ ਹੈ ਕਿ ਤੁਮੀਂ ਵੀ ਤਬਾਤ ਹੱਲ ਜਰੂਰ ਹੋਏਗਾ ਅਸੀਂ ਇਹ ਕਹਾਂਗੇ ਕਿ ਜੇ ਉਹ ਹੱਲ ਤਦ ਹੋਏਗਾ ਜੇ ਇਹ ਖਰੀਦ ਨੀਤੀ ਵਾਪਸ ਲਈ ਜਾਏਗੀ ਵਾਪਸ ਲਈ ਹਾਂਜੀ ਆਖਰੀ ਸਵਾਲ ਮੇਰਾ ਇਹ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਅਸੀਂ ਭਾਜਪਾ ਦੇ ਵਿੱਚ ਰਹਿ ਕੇ ਹੀ ਭਾਜਪਾ ਦੇ ਤੁਸੀਂ ਜਿਹੜੇ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਹੋ ਤੁਸੀਂ ਇਹਨੂੰ ਅਲਵਿਦਾ ਨਹੀਂ ਕਿਹਾ ਅਸਥੀਪਾ ਨਹੀਂ ਦਿੱਤਾ ਜਿਹੜੀਆਂ ਸੋਸ਼ਲ ਮੀਡੀਆ ਤੇ ਖਬਰਾਂ ਵਾਇਰਲ ਹੋਈਆਂ ਨੇ ਜਾਂ ਕਮੈਂਟ ਨੇ ਉਹ ਜਿਹੜੇ ਨੇ ਬੇਬੁਨਿਆਦ ਨੇ ਠੀਕ ਹੈ ਤੇ ਇਹਦੇ باوجود ਇੱਕ ਪਾਸੇ ਤੁਸੀਂ ਕਿਸਾਨੀ ਅੰਦੋਲਨ ਦਾ ਸਮਰਥਨ ਦੂਜੇ ਪਾਸੇ ਪਾਰਟੀ ਦਾ ਵੀ ਸਾਥ ਦੇਣਾ ਤੇ ਦੋਵਾਂ ਬੇੜੀਆਂ ਦੇ ਵਿੱਚ ਤੁਸੀਂ ਕਿਵੇਂ ਪੈ ਰੱਖੋਗੇ ਕੋਈ ਮੁਸ਼ਕਲਾ ਨਹੀਂ ਪੇਸ਼ ਆਉਣਗੀ ਕੋਈ ਮੁਸ਼ਕਲ ਨਹੀਂ ਆਏਗੀ ਹਾਂਜੀ ਪਾਰਟੀ ਜੇ ਸਮਝੇਗੀ ਹਾਂਜੀ ਹਾਂਜੀ ਪੀ ਗੱਲ ਸਾਡੀ ਜਾਇਜ਼ ਹੈ ਹਾਂਜੀ ਤੇ ਸਾਡੀ ਗੱਲ ਨੂੰ ਮੰਨੇਗੀ ਠੀਕ ਹੈ ਤੇ ਜੇ ਸਮਝੇਗੀ ਵੀ ਅਸੀਂ ਗਲਤ ਕਹਿ ਰਹੇ ਹਾਂ ਤਾਂ ਫਿਰ ਉਹਦੀ ਮਰਜ਼ੀ ਜੋ ਕਰ ਜੀ ਕਰ ਰੋਕਣ ਦੀ ਚਰਚਾ ਦੇ ਵਿਚਾਰੇ ਨੂੰ ਆਪਾਂ ਬਾਗੀਸੁਰਾਂ ਕਹਿ ਸਕਦੇ ਹਾਂ ਜਾਂ ਆਪਣੀ ਪਾਰਟੀ ਦੇ ਹੀ ਖਿਲਾਫ ਮੋਰਚਾ ਤੁਹਾਡੇ ਵੱਲੋਂ ਖੁੱਲਿਆ ਉਹ ਉਹ ਉਹਨੂੰ ਰੋਕ ਦੇ ਸਕਦੇ ਹਾਂ ਤੇ ਕੀ ਆਉਣ ਵਾਲੇ ਸਮੇਂ ਤੇ ਪਾਰਟੀ ਲੈਵਲ ਤੇ ਵੀ ਤੁਹਾਡਾ ਕੋਈ ਜਵੇਂ ਤੁਸੀਂ ਟਿਕਟ ਦੇ ਦਾਅਵੇਦਾਰ ਸੀ ਕੋਈ ਨੁਕਸਾਨ ਨਹੀਂ ਹੋ ਸਕਦਾ ਦੇਖੋ ਇਹ ਨੁਕਸਾਨ ਨਹੀਂ ਵਿਖੇ ਜਾ ਸਕਦਾ ਠੀਕ ਹੈ ਜੀ ਜੇ ਆਪਾਂ ਨੁਕਸਾਨ ਵੇਖਾਂਗੇ ਤੇ ਫਿਰ ਆਪਣਾ ਪਰਿਵਾਰ ਨਹੀਂ ਚੱਲਦਾ ਆਪਣਾ ਸਮਾਜ ਨਹੀਂ ਚੱਲਦਾ ਠੀਕ ਹੈ ਜੀ ਸਾਨੂੰ ਪਹਿਲਾਂ ਆਪਣੀ ਹਿੱਤ ਪਿਆਰੀ ਨੇ ਠੀਕ ਹੈ ਜੀ ਰਾਜਨੀਤੀ ਬਾਤ ਚ ਠੀਕ ਹੈ ਜੀ ਠੀਕ ਹੈ ਭਾਜਪਾ ਆਗੂ ਨਾਲ ਗੱਲਬਾਤ ਹੋਈ ਹੈ ਕਮਲਜੀਤ ਚਾਵਲਾ ਜੀ ਨਾਲ ਤੇ ਜਥੇਬੰਦੀ ਦੇ ਆਗੂ ਨਾਲ ਜਿਵੇਂ ਜਿੰਦਾਬਾਦ 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 ਜਿਵੇਂ ਮਜ਼ਦੂਰ ਇਕਤਾ ਜਿੰਦਾਬਾਦ 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 ਜਿਵੇਂ ਉਹਨਾਂ ਨੇ ਦੱਸਿਆ ਕਿ ਕੱਲ ਦਾ ਜੋ 7 ਤਰੀਕ ਦਾ ਪ੍ਰੋਗਰਾਮ ਹੈ ਜੋ ਮੱਝ ਖੇਤਰ ਦੇ ਵਿੱਚ ਕਾਦੀਆਂ ਦੇ ਵਿੱਚ ਉਸ ਲਈ ਵਹੀਰਾਂ ਘੱਟ ਕੇ ਜਿਵੇਂ ਚੰਦਰਪਾਣ ਤੋਂ ਲੋਕ ਇੱਥੇ ਮੀਟਿੰਗ ਨੂੰ ਭਰਵਾ ਸਮਰਥਕ ਦੇਣ ਲਈ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਇੱਥੇ ਗੁਰੂ ਘਰ ਦੀ ਹਦੂਦ ਦੇ ਵਿੱਚ ਜੋ ਮੌਜੂਦ ਨੇ ਇਸੇ ਤਰ੍ਹਾਂ ਹੀ ਭਾਜਪਾ ਆਗੂਆਂ ਦਾ ਵੀ ਕਹਿਣਾ ਜਿਵੇਂ ਕਮਲਜੀਤ ਚਾਵਲਾ ਜੀ ਕਹਿੰਦੇ ਦੇਰ ਆਏ ਦਰਸਤ ਆਏ ਉਹਨਾਂ ਦੇ ਜ਼ਮੀਰ ਨੇ ਆਵਾਜ਼ ਦਿੱਤੀ ਹੈ ਕਹਿੰਦੇ ਅਸੀਂ ਪਹਿਲਾਂ ਵੀ ਇਹਨਾਂ ਬਿੱਲਾਂ ਦੇ ਖਿਲਾਫ ਸੀ ਕਿਤੇ ਨਾ ਕਿਤੇ ਪਾਰਟੀ ਦੇ ਵਿੱਚ ਆਵਾਜ਼ ਉਠਾਉਂਦੇ ਰਹੀ ਰਹੇ ਸੀ ਕਿ ਜੋ ਮੋਦੀ ਤੋਂ ਉਮੀਦਾਂ ਕਰਦੇ ਇਹ ਸੀ ਕਿ ਇਹ ਜੋ ਖੇਤੀ ਕਾਲੇ ਕਾਨੂੰਨ ਨੇ ਇਹ ਰੱਦ ਹੋਣੇ ਚਾਹੀਦੇ ਨੇ ਪਰ ਹਾਲੇ ਵੀ ਉਹ ਕਿਤੇ ਨਾ ਕਿਤੇ ਉਮੀਦਾਂ ਜਤਾ ਰਹੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋ ਕਿ ਇੱਕ ਦਿਨ ਜ਼ਰੂਰ ਇਹ ਜੋ ਕਾਲੇ ਖੇਤੀ ਕਾਨੂੰਨ ਨੇ ਇਹ ਨਰਿੰਦਰ ਮੋਦੀ ਨੂੰ ਰੱਦ ਕਰਨੇ ਪੈਣਗੇ ਕਿਉਂਕਿ ਇਹ ਕੱਲਾ ਕਿਸਾਨੀ ਅੰਦੋਲਨ ਹੀ ਨਹੀਂ ਰਹਿ ਗਿਆ ਇਹ ਜੋ ਬਗਾਵਤ ਪਿੰਡਾਂ ਦੇ ਵਿੱਚ ਆਪਣੀ ਸਰਕਾਰ ਦੇ ਖਿਲਾਫ ਨਜ਼ਰ ਆ ਰਹੀ ਹੈ ਮਿਰਖਲ ਵਿਸ਼ਵਵਲ ਦੇ ਵਿੱਚ ਇਹ ਅਸੀਂ ਆਪਣੀ ਹੋਸ਼ ਦੇ ਵਿੱਚ ਦੇਖ ਰਹੇ ਹਾਂ ਕਿ ਪਹਿਲੀ ਵਾਰ ਇਦਾਂ ਹੋਇਆ ਕਿ ਕਿਸੇ ਦੇਸ਼ ਦੀ ਸਰਕਾਰ ਦੇ ਖਿਲਾਫ ਇੰਨਾ ਵਿਸ਼ਵ ਪੱਦਰ ਤੇ ਅੰਤਰਰਾਸ਼ਟਰੀ ਪੱਦਰ ਦੇ ਤੇ ਜੋ ਹੈ ਐਡੀ ਵੱਡੀ ਬਗਾਵਤ ਖੜੀ ਹੋਈ ਹੈ ਤੇ ਕਿਤੇ ਨਾ ਕਿਤੇ ਇੱਕ ਦਿਨ ਮੋਦੀ ਸਰਕਾਰ ਨੂੰ ਇਹ ਜਨ ਅੰਦੋਲਨ ਦੇ ਅੱਗੇ ਜ਼ਰੂਰ ਝੁਕਣਾ ਪਏਗਾ ਸਹਿਯੋਗੀ ਕੈਮਰਾਮੈਨ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਅਜੀਤ ਵੈਬ ਟੀਵੀ ਗੁਰਦਾਸਪੁਰ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ